ਸਭ ਦਾ ਸਵਾਗਤ ਹੈ ਜੀ ਚੈਨਲ PTC Live ਤੇ ਤੇ ਦੋਸਤੋ ਹਾਜ਼ਰ ਹਾਂ ਜੀ ਮੌਸਮ ਸੰਬੰਧੀ ਜਾਣਕਾਰੀ ਲੈ ਕੇ ਜਿਵੇਂ ਕਿ ਦੋਸਤੋ ਝੋਨੇ ਦੀ ਕਟਾਈ ਦਾ ਕੰਮ ਜਿਹੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਤੇ ਇਸ ਦੇ ਨਾਲ ਨਾਲ ਬਾਸਮਤੀ ਦੀ ਜਿਹੜੀ ਫਸਲ ਵੀ ਏ ਉਹ ਵੀ ਵੱਢ ਕੇ ਤੇ ਝਾੜੀ ਜਾ ਰਹੀ ਏ ਤੇ ਹੋਰ ਜਿਹੜੇ ਕੰਮ ਕਾਜ ਨੇ ਖਾਸ ਕਰਕੇ ਕਿਸਾਨੀ ਕਿੱਤੇ ਦੇ ਉਹ ਹੋ ਰਹੇ ਨੇ ਤੇ ਇਸ ਦੇ ਨਾਲ ਨਾਲ ਹੀ ਜਿਹੜੀ ਇਹ ਕੋਸ਼ਿਸ਼ ਕਿਸਾਨ ਵੀ ਜਿਹੜੇ ਨੇ ਉਹਨਾਂ ਨੇ ਕਣਕ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਹੈ ਤੇ ਦੋਸਤੋ ਜਿਹੜੀ ਕਣਕ ਦੀ ਬਜਾਈ ਉਸ ਦੇ ਵਿੱਚ ਜਿਹੜਾ ਮੌਸਮ ਹੈ ਉਸ ਦਾ ਵਿਗੜਨਾ ਤੇ ਉਹ ਕਾਫੀ ਜ਼ਿਆਦਾ ਵਾ ਮੈਣੇ ਜਿਹੜੇ ਰਖਦਾ ਤੇ ਕਈ ਵਾਰੀ ਬੀਜੇ ਕਣਕ ਦੇ ਉੱਪਰ بارش ਹੋ ਜਾਣ ਨਾਲ ਕਣਕ ਜਿਹੜੀ ਹੈ ਉਹ ਕਰੰਡ ਹੋ ਜਾਣ ਦੀ ਵੀ ਸਮੱਸਿਆ ਪੈਦਾ ਹੋ ਸਕਦੀ ਹੈ ਤੇ ਦੋਸਤੋ ਹੁਣ ਤੁਹਾਨੂੰ ਦੱਸ ਰਹੇ ਹਾਂ ਜੀ ਆਉਣ ਵਾਲੇ ਦਿਨਾਂ ਦੌਰਾਨ ਜਿਹੜਾ ਮੌਸਮ ਹੈ ਉਹ ਕਿਵੇਂ ਰਹੇਗਾ 2 3 ਤੇ 4 ਨਵੰਬਰ ਨੂੰ ਖਾਸ ਕਰ 3 ਨਵੰਬਰ ਨੂੰ ਜਿਹੜੀ ਇਹ ਪੰਜਾਬ ਵਿੱਚ ਕਿਤੇ ਕਿਤੇ ਜਿਹੜੀ ਇਹ ਬੂੰਦਾਬاندی ਹੋ ਸਕਦੀ ਏ ਖਾਸ ਕਰਕੇ ਲੁਧਿਆਣਾ ਤੇ ਇਸ ਦੇ ਆਸ-ਪਾਸ ਦੇ ਏਰੀਆ ਨਾਬਾ ਤੇ ਪਟਿਆਲਾ ਸਮਾਣਾ ਤੇ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਜਿਹੜੇ ਜ਼ਿਲ੍ਹੇ ਨੇ ਜਿਵੇਂ ਫਾਜ਼ਿਲਕਾ ਬਠਿੰਡਾ ਮੁਕਤਸਰ ਸ਼ਿਰੀ ਤਰਨਤਾਰ ਸਾਹਿਬ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਤੇ ਇਸ ਦੇ ਨਾਲ ਲੱਗਦੇ ਹੋਰ ਜਿਹੜੇ ਏਰੀਆ ਨੇ ਉਹਨਾਂ ਦੇ ਵਿੱਚ ਬਹੁਤ ਹੀ ਘੱਟ ਸੰਭਾਵਨਾ ਹੈ بارش ਹੋਣ ਦੀ ਤੇ ਇਸ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀ ਇਹ ਬਰਫਬਾਰੀ ਤੇਜ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਹੀ ਸ਼ੀਤ ਲਹਿਰ ਜਿਹੜੀ ਹੈ ਉਹ ਜੋਰ ਫੜ ਜਾਵੇਗੀ ਤੇ ਹਰਿਆਣਾ ਦੇ ਵਿੱਚ ਜਿਹੜਾ ਮੌਸਮ ਹੈ ਉਹ 2-3 ਤੇ 4 ਤਰੀਕ ਨੂੰ ਲਗਭਗ ਜਿਹੜਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਤੇ ਕਿਤੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਨੇ ਪਰ ਉਸ ਦੀ ਵੀ ਬਹੁਤ ਹੀ ਘੱਟ ਸੰਭਾਵਨਾ ਹੈ ਤੇ ਇਸੇ ਤਰੀ ਰਾਜਸਥਾਨ ਦੇ ਵਿੱਚ ਵੀ بارش ਆਉਣ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਸੋ ਦੋਸਤੋ ਇਹ ਸੀ ਮੌਸਮ ਸਬੰਧੀ ਜਾਣਕਾਰੀ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਸ਼ੇਅਰ ਵੀ ਕਰਿਓ ਬਹੁਤ ਬਹੁਤ ਧੰਨਵਾਦ